ਹੁਣ ਕਿਹੜਾ ਪੰਜਾਬੀ ਸਿੰਗਰ ਕਰਨ ਜਾ ਰਿਹਾ ਹੈ ਵਿਆਹ ਕਿ ਕਾ ਰਿਹ ਹੈ ਕਿਸੇ ਨੂੰ ਡੇਟ ਲਵ ਜਾਂ ਫਿਰ ਹੋਏਗੀ ਅਰੇਂਜ ਮੈਰਿਸ ਹਾਲਾਂਕਿ ਵੈਲਕਮ ਟੂ ਪ੍ਰੋ ਪੰਜਾਬ ਟੀਵੀ ਅੱਜ ਗੱਲ ਕਰਾਂਗੇ ਇੱਕ ਅਜਿਹੇ ਸਿਤਾਰੇ ਦੇ ਬਾਰੇ ਜਿਸ ਦੇ ਨੇ ਲੱਖਾਂ ਲੋਕ ਫੈਨ ਨਾ ਸਿਰਫ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਬਲਕਿ ਬਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਇਸ ਸਿੰਗਰ ਦੇ ਗੀਤਾਂ ਦੇ ਉੱਪਰ ਅਕਸਰ ਨੱਚਦੇ ਹੋਏ ਨਜ਼ਰ ਆਉਂਦੇ ਨੇ ਤੇ ਰੀਸਨਲੀ ਸਿੰਗਰ ਨੇ ਰਾਜਨੀਤੀ ਦੇ ਵਿੱਚ ਮਾਰੀ ਐਂਟਰੀ ਮੈਨੂੰ ਲੱਗਦਾ ਹੈ ਕਿ ਤੁਸੀਂ ਸਮਝ ਹੀ ਗਏ ਹੋ ਕਿ ਮੈਂ ਕਿਸ ਸਿੰਗਰ ਦੇ ਬਾਰੇ ਗੱਲ ਕਰਨ ਜਾ ਰਹੀਆਂ ਬਿਲਕੁਲ ਗੱਲ ਕਰ ਰਹੀਆਂ ਸਿੱਧੂ ਮੂਸੇਵਾਲੇ ਦੀ ਸਿੱਧੂ ਮੂਸੇਵਾਲੇ ਦੀ ਲੱਖਾਂ ਨਹੀਂ ਬਲਕਿ ਕਰੋੜਾਂ ਫੈਨ ਨੇ ਤੇ ਉਹਨਾਂ ਦੇ ਉਹ ਫੈਨ ਹਮੇਸ਼ਾ ਹੀ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਨੇ ਸੋ ਅੱਜ ਗੱਲ ਕਰਦੇ ਹਾਂ ਕਿ ਸਿੱਧੂ ਮੂਸੇਵਾਲਾ ਜਲਦ ਕਰਨ ਜਾ ਰਿਹਾ ਹੈ ਵਿਆਹ ਜੇ ਨਹੀਂ ਕਰਨ ਜਾ ਰਿਹਾ ਤਾਂ ਆਖਿਰ ਕਦੋਂ ਕਰੇਗਾ ਸਿੱਧੂ ਮੂਸੇਵਾਲਾ ਵਿਆਹ ਲਵ ਮੈਰिज ਹੋਏਗੀ ਜਾਂ ਫਿਰ ਹੋਏਗੀ ਅਰੇਂਜ ਮੈਰिज ਕਾਫੀ سارے ਸਵਾਲ ਨੇ ਸੋ ਜਾਣ ਲੈਣੇ ਆ ਸਿੱਧੂ ਮੂਸੇਵਾਲੇ ਦੇ ਕੋਲੋਂ ਹੀ ਸੈਲੀਬ੍ਰਿਟੀਾਂ ਦੀ ਪਰਸਨਲ ਲਾਈਫ ਬਾਰੇ ਲੋਕਾਂ ਨੂੰ ਬਹੁਤ ਇੰਟਰਸਟਡ ਹੁੰਦਾ ਜੀ ਲਵ ਮੈਰिज ਕਰਨਗੇ ਜਾਂ ਅਰੇਂਜ ਮੈਰिज ਕਰਨਗੇ ਜਿਹੜੀ ਹੋਏਗੀ ਦੇਖ ਲਾਂਗੇ ਜੀ ਇਹਦੇ ਆਏ ਕੁਝ ਨਹੀਂ ਪਤਾ ਜੀ ਕਿਸੇ ਆਗਿਆਤ ਲਵ ਮੈਰिज ਹੋਊਗੀ ਯਾਰ ਮੈਰिज ਹੋਊ ਤੇ ਤੁਸੀਂ ਲਵ ਮੈਰिज ਕਰਾ ਕੋਈ ਵੀ ਕਰਾ ਲਾਂਗੇ ਅਰੇਂਜ ਮੈਰिज ਨਹੀਂ ਗਲਤੀ ਕਿ ਮੈਂ ਡੀਕੋਡ ਕਰ ਰਿਹਾ ਤੁਹਾਨੂੰ ਮੂਸੇ ਵਾਲਾ ਡੀਕੋ ਨਾ 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 ਜਿਵੇਂ ਜੋ ਵੀ ਕਿਸਮਤ ਚ ਲਿਖਿਆ ਹੋਇਆ ਉਹ ਹੋ ਜਾਣਾ। ਬਾਕੀ ਨਹੀਂ ਚਰਚਾ ਵਿੱਚ ਚਲਦੀਆਂ ਨੇ ਕਹਿੰਦੇ ਵਿਆਹ ਹੋ ਸਕਦਾ ਤੁਹਾਡਾ ਕੋਈ ਲੀਡਰ ਤੁਹਾਡਾ ਕੋਈ ਲੀਡਰ ਤੁਹਾਡਾ ਹੁਣ ਮੈਨੂੰ ਇੱਕ ਗੱਲ ਦੱਸੋ ਜੇ ਮੈਂ ਪੋਲਿਟਿਕਸ ਛੱਡ ਕੇ ਮੈਂ ਛੱਡਾ ਥੋੜੀ ਰਹਿਣਾ ਵਿਆਹ ਤਾਂ ਮੈਂ ਕਰਾਉਂਗਾ ਹੀ ਕਦੋਂ ਤੱਕ ਕਰਾ ਲੈਣਾ ਛੇਤੀ ਕਰਾ ਲੈਣਾ ਐਮਐਲਏ ਦੀ ਇਲੈਕਸ਼ਨ ਤੋਂ ਬਾਅਦ ਐਮਐਲਏ ਬਣਨ ਤੋਂ ਬਾਅਦ ਹੋ ਸਕਦਾ ਹਲੇ ਮੈਨੂੰ ਪਤਾ ਨਹੀਂ ਨਾ ਮੈਂ ਡੇਟਾ ਦਾ ਅਜੇ ਕਢਾਈਆਂ ਨਹੀਂ ਹੈਗੀਆਂ ਥੱਲੇ ਵੀ ਵਿਆਹ ਕਦੋਂ ਕਰਾਉਣਾ ਪਰ ਹੋ ਜਾਊਗਾ ਮੈਨੂੰ ਲੱਗ ਫਿਕਸ ਹੋ ਚੁੱਕਿਆ ਹੈ ਇਹ ਹੋ ਜੂਗਾ ਸਾਰਾ ਕੁਝ ਹੋ ਜੂਗਾ ਜੇ ਹੋਣਾ ਸਾਰਾ ਕੁਝ ਇਹ ਕਹਿੰਦੇ ਨਲੇ ਬੜਾ ਇਹ ਹੁੰਦਾ ਹੈਗਾ ਕਿ ਜੇ ਤੁਸੀਂ ਆਪਣੀ ਪਰਸਨਲ ਲਾਈਫ ਨੂੰ ਵਿਆਹ ਵਾਲੀ ਨੂੰ ਡਿਸਕਲੋਜ਼ ਕਰ ਦੋ ਤੁਹਾਡੀ ਫੈਨ ਫਾਲ ਤਾਂ ਕੀ ਗੱਲ ਹੈ ਸੱਚੀ ਕਿ ਤੁਹਾਡੀ 1 ਲੱਖ ਫੋਲੋਅਰ ਵੀ ਉੱਡ ਗਈ ਹਾਂ ਉੱਡ ਗਏ ਮੈਂ ਉਹ ਹੀ ਕਹਿੰਦਾ ਮੈਨੂੰ ਕਹਿੰਦੇ ਫੋਲੋਅਰ ਉੱਡ ਗਏ ਮੈਂ ਫਿਰ ਕੀ ਹੋ ਗਿਆ ਲੱਖ ਫਿਰ ਆ ਜਾਣਗੇ ਕੋਈ ਕਿਹਦੇ ਕੋਲ ਬੈਠੇ ਸੀ ਕਿਸੇ ਕੋਲ ਬੈਠੇ ਜੋ ਕਹਿੰਦੇ ਲੱਖ ਉੱਡੇ ਨੇ ਹੋ ਜੇ ਕਰੜੇ ਫੈਸਲੇ ਲਾਉਂਗੇ ਤਾਂ ਲੋਕ ਟੁੱਟਣਗੇ ਵੀ ਤੁਸੀਂ ਇਹ ਉਮੀਦ ਉਮੀਦ ਕਿਉਂ ਕਰਦੇ ਹੋ ਉਹਨਾਂ ਨੂੰ ਵੀ ਜੇ ਫੈਸਲਾ ਲਿਆ ਤਾਂ ਲੋਕ ਮੇਰੇ ਨਾਲ ਸਾਥ ਹੀ ਦੇਣਗੇ ਕਈ ਟਾਈਮ ਹੁੰਦਾ ਤਾਂ ਫਿਰ ਜੁੜਦੇ ਹੀ ਬਹੁਤ ਨੇ ਟੁੱਟਦੇ ਹੀ ਬਹੁਤ ਨੇ ਕੋਈ ਵੱਡੀ ਗੱਲ ਨਹੀਂ ਹੈ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਤੇ ਇਹ ਜ਼ਿੰਦਗੀ ਦਾ ਹਿਸਾਬ ਹੈ ਵਾਈ ਕਰੇ ਤਾਂ ਘਰੇ ਥੱਲੇ ਕਿਰੇ ਥੱਬੇ 'ਚ ਕਰੇ ਮੁੱਠੀ 'ਚ ਹਮ ਇਨਸਾਨਾਂ ਨਾਲ ਇਹ ਚੀਜ਼ਾਂ ਹੁੰਦੀਆਂ ਨੇ। ਜਿਹੜਾ ਜਿਹਦੇ 'ਚ ਹਿੰਮਤ ਨਹੀਂ ਫਸਲ ਲੈਣ ਦੀ ਉਹ ਕਿ ਉਹਨਾਂ ਨਾਲ ਕੀ ਜੁੜਨਗੇ ਟੁੱਟਣਗੇ। ਹਮ ਸੋ ਇਹ ਮੈਂ ਇਸ ਚੀਜ਼ ਨੂੰ ਕੁਝ ਕੋਈ ਜਾਰੇ ਮੈਨੂੰ ਕੋਈ ਪਰ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ। ਚਲੋ ਠੀਕ ਹੈ ਜੇ ਉਹਨਾਂ ਨੂੰ ਨਹੀਂ ਲੱਗਿਆ ਵੀ ਲੱਗਿਆ ਵੀ ਇਹ ਮੈਂ ਦੂਜਾ ਜਿਹੜਾ ਪੁੱਛ ਰਿਹਾ ਸੀ ਕੀ ਐ ਹੁੰਦਾ ਹੈਗਾ ਜਿਹੜੇ ਸੈਲਿਬ੍ਰਿਟੀ ਦੀ ਲਾਈਫ 'ਚ ਬਹੁ ਮੇਰਾ ਕੁੜੀਆਂ ਚ ਕਰੇਜ ਘਟ ਜੂ ਕੁੜੀ ਕਹਿੰਦੀ ਮੇਰਾ ਮੈਨੂੰ ਤਾਂ ਪਹਿਲਾਂ ਹੀ ਕੁੜੀਆਂ ਘੱਟ ਪਸੰਦ ਕਰਦੀਆਂ ਨੇ ਮੇਰੇ ਕੋਈ ਐ ਨਹੀਂ ਕੁੜੀਆਂ ਨੇ ਫਿਰ ਹਾਂ ਆਪਣੇ ਮੁੰਡੇ ਮੁੰਡੇ ਆਪਾਂ ਮੁੰਡੇ ਜਿੰਨੇ ਵੀ ਭਰਾ ਨੇ ਆਪਣ ਨੂੰ ਪਸੰਦ ਕਰਦੇ ਆ ਪਤਾ ਕੀ ਗੱਲ ਹੈ ਫੈਮਿਲੀ ਡਿਸਕਲੋਜ਼ ਕਿਉਂ ਨਹੀਂ ਕਰਨਾ ਚਾਹੀਦਾ ਚਾਹੀਦਾ ਮੈਂ ਰਿਕਾਰਡਿੰਗ ਨਹੀਂ ਕਰਨਾ ਚਾਹੀਦਾ ਉਹ ਕਿਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜਾ ਆਪਣੇ ਨਾਲ ਬੰਦਾ ਜੜੂਗਾ ਉਸ ਦੀ ਜ਼ਿੰਦਗੀ ਤੇ ਵੀ ਸਾਡੇ ਨਾਲ ਉਹ ਨਾਲ ਫਰਕ ਪੈਂਦਾ ਜੇ ਕੁਝ ਮੈਂ ਮਾੜਾ ਕੀਤਾ ਮੈਂ ਨਹੀਂ ਚਾਹੁੰਦਾ ਵੀ ਯਾਰ ਉਹ ਉਹਦੇ ਬੱਚੇ ਟਾਰਗੇਟ ਹੋਣ ਉਹਦੇ ਲਈ ਅੱਗੇ ਹਾਂ ਕੋਈ ਇਹਦਾ ਮਤਲਬ ਇਹ ਗੱਲ ਨਹੀਂ ਵੀ ਕੋਈ ਮੇਰੀ ਘਰ ਵਾਲੀ ਦੇਖ ਲੂ ਕੋਈ ਤੁਮਾ ਨਹੀਂ ਲੈਣੀ ਆ ਘਰ ਸਾਰਿਆਂ ਦੀਆਂ ਘਰ ਵਾਲੀਆਂ ਨੇ ਸਾਰੇ ਸਾਰਿਆਂ ਨੇ ਸਮਾਜ ਚ ਵਿਚਰਨਾ ਆਪਾਂ ਵੀ ਇਹ ਫੋਟੋ ਲੋਕ ਉਸ ਚ ਨੂੰ 네ਗੇਟਿਵ ਲੈ ਕੇ ਜਾਂਦੇ ਨੇ ਹਨਾ ਗਲਤ ਪੱਦਾ ਸ਼ਬਦਾ ਅਗਲਾ ਕਹਿੰਦਾ ਯਾਰ ਵੀ ਤੇਰੀ ਤਾਂ ਜ਼ਿੰਦਗੀ ਖਰਾਬ ਸੀ ਕੰਮ ਤੂੰ ਕਰਦਾ ਮੈਂ ਚੱਲਦੀ ਹਾਂ ਅਸੀਂ ਸੋ ਮੈਂ ਜਨਾ ਵੀ ਇੱਕ ਆਜ਼ਾਦ ਲਾਈਫ ਇੱਕ 파ਟਨਰ ਨੂੰ ਹੋਣਾ ਉਹਦਾ ਹੱਕ ਹੈ ਤੇ ਦੂਜੀ ਗੱਲ ਇਹ ਹੈ ਨਾ ਜਦੋਂ ਤੁਸੀਂ ਜਿਆਦੇ ਸੋਸ਼ਲ ਹੋਨੇ ਕਈ ਕਲਾਕਾਰਾਂ ਨੇ ਸੋਸ਼ਲ ਹੋ ਕੇ ਲੋਕਾਂ ਬਹੁਤ ਜਾਰੀ ਸੋਸ਼ਲ ਨੇ ਉਹ ਨੁਕਸਾਨ ਕਰ ਦਈਏ ਚੀਜ਼ ਹੁਣ ਤੁਸੀਂ ਮੈਨੂੰ ਦੱਸੋ ਮੇਰੇ ਤੇ ਮੈਂ ਲੈ ਕੇ ਚੱਲਦਾ ਆਵਰੇ ਤੇ ਮੈਂ ਤੁਹਾਡੇ ਐਗਜ਼ਾਮਪਲ ਲੈਂਦਾ ਮੈਂ ਕਹਾਂ ਲੂੰ ਵਿਆਹ ਕਰਾਵਾਂ ਮੇਰਾ ਕੋਈ ਉਹ ਨਾਲ ਝਗੜਾ ਹੋਵੇ ਝਗੜੇ ਕਿਹੜੇ ਪਰਿਵਾਰ ਚ ਨਹੀਂ ਹੁੰਦੇ ਹੁੰਦੇ ਆ ਨਾ ਜਦੋਂ ਦੋ ਭਾਂਡੇ ਹੋਣਗੇ ਇਕੱਠੇ ਤਾਂ ਉਹ ਖੜਕਣਗੇ ਵੀ ਤਾਂ ਉਸ ਚੀਜ਼ ਦੇ ਵਜੋਂ ਤੁਸੀਂ ਜਾਰੀ ਐਕਸਪੋਜ਼ ਹੋਉਂਦੇ ਹੋ ਤਾਂ ਉਹ ਤੁਹਾਡਾ ਸੋਸ਼ਲ ਮੀਡੀਆ ਤੇ ਜਾਂਦਾ ਤੇ ਲੋਕ ਉਸ ਚੀਜ਼ ਦਾ ਸੁਆਦ ਲੈਂਦੇ ਨੇ ਹੋਇਆ ਵੀ ਪਿੱਛੇ ਪੰਜਾਬ ਚ ਬਹੁਤ ਸਿੰਘ ਨਾਲ ਹੋਇਆ ਸੋ ਮੈਂ ਇਹੀ ਕਹਣਾ ਵੀ ਬਾਲਾ ਰੌਲਾ ਨਾ ਪਾਓ ਰੌਲਾ ਪਾ ਕੇ ਵਿਆਹ ਕਰਾਓ ਠੋਕ ਕੇ ਕਰਾ ਇਸ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਇੱਕ ਗੱਲ ਤਾਂ ਸਾਫ਼ ਆ ਕਿ ਸਿੱਧੂ ਮੂਸੇਵਾਲਾ ਜਲਦ ਕਰਵਾ ਸਕਦੇ ਨੇ ਵਿਆਹ ਪਰ ਕਿ ਉਹ ਲਵ ਮੈਰिज ਹੋਏਗੀ ਜਾਂ ਫਿਰ ਹੋਏਗੀ ਅਰੇਂਜ ਮੈਰिज ਜੇ ਲਵ ਮੈਰिज ਹੋਏਗੀ ਤੇ ਕਿਸ ਨਾਲ ਕਰਵਾ ਸਕਦੇ ਨੇ ਸਿੱਧੂ ਵਿਆਹ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰੋ ਤੇ ਆਪਣੀ ਰਾਏ ਜ਼ਰੂਰ ਦੱਸੋ ਤੇ ਹਾਲੇਟਸ ਅਪਡੇਟ ਨੂੰ ਚੈਨਲ ਇਧੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ